ਗੋਲੀਆਂ ਚਲਾਈਆਂ, ਜ਼ਖਮੀ ਕੀਤੇ ਲੋਕ, ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ, ਪੱਖਵਾਦੀਆਂ ਦੇ, ਅੱਤਵਾਦੀਆਂ ਦੇ ਆ। ਕੀ ਕਾਰਨ ਕੀ ਹੈ? ਕਿਸਾਨੀ ਅੰਦੋਲਨ ਕਾਰਨ ਵੀ ਗੋਲੀਆਂ ਚਲਾਈਆਂ, ਜ਼ਖਮੀ ਕੀਤੇ ਲੋਕ, ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ, ਪੱਖਵਾਦੀਆਂ ਦੇ, ਅੱਤਵਾਦੀਆਂ ਦੇ ਆ, ਪਿੰਡਾਂ 'ਚ ਗਏ ਹੋਏ ਲੋਕ ਆ ਉਹ। ਅਤੇ ਬਾਈਕਾਟ ਕਿੰਨਾ ਕੁ ਚਿਰ ਰਹੂਗਾ ਤੁਹਾਡਾ ਇਹ? ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ, ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਹੋ। ਇਹ ਪਿੰਡ ਵੱਲੋਂ ਹੈ ਕਿ? ਹਾਂ, ਪਿੰਡ ਵੱਲੋਂ, ਸਾਰੇ ਨਗਰ ਵਾਸੀ, ਸਾਰੇ ਪਿੰਡ ਨਗਰ ਵਾਸੀਆਂ ਵੱਲੋਂ? ਸਾਰੇ ਸਾਰੇ। ਅਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਸਰਕਾਰ ਨੂੰ? ਬਹੁਤ ਮਾੜੀ, ਜਿਹੜੇ ਵਾਅਦਿਆਂ 'ਤੇ ਖੜੀ ਨਹੀਂ ਉਤਰੀ, ਜਿਹੜੇ ਆਖਿਆ ਸੀਗਾ ਸੀ ਐਮ ਐਸ ਪੀ ਦੇਵਾਂਗੇ, ਹੁਣ ਡਾਂਗਾ ਮਾਰ ਰਹੀ ਹੈ ਲੋਕਾਂ ਦੇ। ਇੰਨੇ ਕਿਸਾਨ ਸ਼ਹੀਦ ਹੋ ਗਏ ਅਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ। ਜਿਹੜੇ ਲੋਕ ਗਏ, ਡਾਂਗਾ ਮਾਰੀਆਂ, ਗੋਲੀਆਂ ਚਲਾਈਆਂ, ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਆ ਲੋਕਾਂ ਨੂੰ, ਇੰਨਾ ਠੱਠ ਕਰ ਛੱਡਿਆ।